ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਵਾਗਤ ਹੈ ਜੀ ਮੇਰੇ ਬਲੌਗ 'ਚ। ਲਓ ਜੀ, ਅੱਜ ਆਏ ਹਾਂ ਜੀ ਧਮਾਨ ਐਗਰੀਕਲਚਰ ਵਾਲਿਆਂ ਦੇ, ਜੋ ਕਿ ਆਪਣੇ ਪਿੰਡ ਦੇ ਨਜ਼ਦੀਕ ਹੈ। ਮਿਲੋ ਜੀ ਦੁੱਲੇ ਨੂੰ। ਸਤਿ ਸ਼੍ਰੀ ਅਕਾਲ ਬਾਈ ਜੀ। ਕਿੱਦਾਂ ਦੁੱਲੇ? ਬਸ ਠੀਕ ਹੈ ਬਾਈ, ਕਿਰਪਾ ਤੇਰੀ। ਮਸ਼ੀਨਾਂ ਕਰਤੀਆਂ ਤਿਆਰ? ਮਸ਼ੀਨਾਂ ਹੋ ਰਹੀਆਂ ਤਿਆਰ ਬਾਈ, ਚੱਲ ਰਿਹਾ ਕੰਮ ਹੈ ਪੂਰਾ। ਆ ਜਾਲੀ, ਜਾਲੀ ਲਾ ਰਿਹਾ ਟਾਲੀ ਨੂੰ ਬਾਈ। ਡਾਲੇ ਹੈਗੀ ਆ ਰੌਲ ਮਾਜਰੇ ਦੀ, ਹਰਸ਼ਵੀਰ ਦਾ ਦਿੱਤੇ, ਹਰਸ਼ਵੀਰ ਦਾ ਦਿੱਤੇ ਬਾਈ। ਉਹ ਮਸ਼ੀਨ ਖੜੀ ਆ ਉਹਨਾਂ ਦੀ, ਜਗਤਜੀਤ ਵਾਲਿਆਂ ਦੀ, ਉਹ ਵੀ ਉਹਨਾਂ ਦੀ। ਉਹ ਬਾਈ, ਉਹ ਵੀ ਹਰਸ਼ਵੀਰ। ਆਹ ਟਰਾਲੀ ਦਵਾਈ ਕਿਹੜੀ ਆ ਤੁਸੀਂ ਇਹ? ਨਹੀਂ, ਉਹ ਟਰਾਲੀ ਹੋਰ ਆ, ਉੱਧਰ ਖੜੀ ਆ ਬਾਈ, ਦੋਵੇਂ ਪਾਸੇ ਉੱਧਰ ਘਰਾਂ ਲਈ ਉਹਨਾਂ ਦੇ ਬਾੜੇ 'ਚ ਖੜੀ ਆ। ਉਹ ਤਾਂ ਬਹੁਤ ਸਾਫ਼ ਆ ਟਰਾਲੀ, ਤਾਂ ਕੁਛ ਵੀ ਨਹੀਂ, ਇਹ ਤਾਂ ਕੁਛ ਵੀ ਨਹੀਂ ਹੈਗੀ, ਉਹਦਾ ਇੱਕ ਵੀ ਦਾਗ ਨਹੀਂ ਹੈਗਾ, ਉਹ ਚਾਹੇ ਬਿਲਕੁਲ ਨਵੀਂ ਆ, ਬਸ ਰੰਗ ਹੋਣੇ ਵਾਲਾ, ਬੈੱਡ ਨਾਲ ਆ ਉਹਦੇ, ਉਹਨੂੰ ਸਿਰਫ ਟੋਪੀ ਟੋਪੀ ਲੱਗਣੀ ਪੈਣੀ, ਜਾਲੀ ਜਾਲੀ। ਹਾਂ, ਜਾਲੀ ਜਾਲੀ ਸਰ। ਕਿੰਨੇ ਦੀ ਦਵਾਤੀ ਫਿਰ? ਉਹ ਪੈ ਗਈ ਬਾਈ ਉਹਨਾਂ 68,000 'ਚ। 70-75 हज़ार ਦੀ ਮਿਲਦੀ। ਮੈਂ ਕਿਹਾ ਹੋਰ ਕੀ ਚਾਹੀਦਾ, ਜੈਕ ਲੱਗਿਆ ਵਾ, ਜੈਕ ਲੱਗਿਆ ਵਾ ਤਾਂ ਵਧੀਆ। ਮੈਂ ਕਿਹਾ 14-15 ਕੁਇੰਟਲ ਦੀ ਹੋਣੀ, ਇੰਨੀ ਤਾਂ ਕੁਆਡ 'ਚ ਆਓ। ਹਾਂ, ਮੈਂ ਕਿਹਾ ਕੁਆਡ ਦੇ ਭਾਅ ਮਿਲ ਰਹੀ ਆ, ਤੂੰ ਲੈ ਲਾ ਯਾਰ, ਨਾਲੇ ਜੈਕ ਲੱਗਿਆ ਵਾ। ਬਿਲਕੁਲ ਬਿਲਕੁਲ ਬਿਲਕੁਲ, ਬਾਅਦ 'ਚ ਪੂਰਾ ਕੰਮ ਲੈ ਯਾਰ ਜੈਕ ਵਾਲੀ ਟਰਾਲੀ ਦੇ। ਉਹੀ ਗੱਲ ਆ, ਨਾ ਵੀ ਲਾਵੇ, ਚੱਲ ਚੱਲ। ਹਾਂ, ਨਹੀਂ ਚੱਲ ਇਹ ਚਲਾਈ ਜਾਵੇ ਆਪਣਾ ਮਾੜੀ ਮੋਟੀ। ਬਿਲਕੁਲ ਬਿਲਕੁਲ, ਲੋਡ ਪੈਂਦੀ ਹੋ ਰਹਿੰਦੀ, ਢੀਰੇ ਰਾਹ ਵਰਗੇ ਹੈਗੇ ਨਾ, ਦੇ ਦੇ ਇਹੋ ਜਿਹੇ ਚਲਾਈ ਜਾਂਦੇ, ਦੇਈ ਜਾਂਦੇ ਕਿਰਾਇਆ ਭਾੜਾ ਕਿ ਨਹੀਂ ਜੈਕ ਵਾਲੀ ਟਰਾਲੀ ਦਾ। ਆ ਦੇਖ ਲੈ ਬਾਈ, ਇਹੋ ਜਿਹੇ ਕੰਮ ਹੈ ਨਾ, ਮੇਰੇ ਆਪੇ ਕੰਮ ਕਰ ਲੈਂਦੇ ਲੋਕਾਂ ਦੇ, ਆਪੇ ਕੰਮ ਕਰਦੇ, ਆਪਣਾ ਕੋਈ ਪੁੱਛਦਾ ਹੀ ਨਹੀਂ ਹੈ, ਜਿਹੜਾ ਜੀ ਕਰਦਾ ਆਪਣਾ ਚਲਾ ਕੇ ਕਰਕੇ ਕੰਮ ਲੰਘ ਜਾਂਦਾ। ਪਰ ਹੈ ਬਾਈ, ਦੁੱਲੇ ਨੇ ਵੀ ਚੈਨਲ ਬਣਾਇਆ, ਦੁੱਲੇ ਬਾਈ ਦੱਸ ਆਪਣਾ ਚੈਨਲ ਦਾ। ਵੀਰੇ, ਆਪਾਂ ਨੇ ਬਣਾਇਆ ਧਮਾਨ ਐਗਰੀਕਲਚਰ, ਦੋ ਵੀਡੀਓ ਪਾਈਆਂ ਆਪਾਂ ਨੇ ਹਲੇ, ਇੱਕ ਥ੍ਰੈਸ਼ਰ ਵਾਲੀ ਅਤੇ ਇੱਕ ਬਾਈ ਦੀ ਆਪਾਂ ਨੇ ਆ ਜਿਹੜੀ ਜਾਲੀ ਲਾਉਂਦੇ ਪਰ ਟਰਾਲੀ ਨੂੰ ਤੂੜੀ ਵਾਲੀ। ਹਲੇ ਬਾਈ ਮਸ਼ੀਨਾਂ ਦਾ ਜਿੱਦਾਂ ਕੰਮ ਕਰਦੇ ਥ੍ਰੈਸ਼ਰਾਂ ਦਾ, ਜਾਲੀ ਲਾ ਰਹੇ ਉਹੀ ਦਿਖਾਉਂਦਾ ਦੁੱਲਾ। ਬਾਕੀ ਚੈਨਲ ਜੀ ਦਾ ਸਬਸਕ੍ਰਾਈਬ ਕਰਿਓ, ਕਿਹੜੇ ਨੰਬਰ ਕਿਆ ਨਾਮ? ਧਮਾਨ ਐਗਰੀਕਲਚਰ, ਧਮਾਨ ਐਗਰੀਕਲਚਰ ਦੇ ਨਾਂ ਪਰ ਬਾਈ ਨੇ ਚੈਨਲ ਬਣਾਇਆ ਦੁੱਲੇ ਨੇ। ਬਾਕੀ ਸਬਸਕ੍ਰਾਈਬ ਵੀ ਕਰਿਓ, ਸ਼ੇਅਰ ਵੀ ਕਰਿਓ। ਬਿਲਕੁਲ ਬਿਲਕੁਲ। ਹੋਰ ਸੁਣਾ ਦੁੱਲੇ, ਕਿਆ ਹਾਲ ਹੈ? ਬਸ ਵਧੀਆ ਯਾਰ, ਮਜ਼ਾ ਵਧੀਆ। ਪੈਨੀ ਕਰਾਉਣਾ ਕੰਮ ਕੁੰਮ, ਲਿਆਉਣੀ ਨਹੀਂ ਮਸ਼ੀਨ ਐਤਕੀ? ਐਤਕੀ ਨਹੀਂ ਲਾਉਣਾ ਯਾਰ ਸੀਜ਼ਨ। ਮੈਂ ਕਿਹਾ ਯਾਰ ਗੁਰਪ੍ਰੀਤ ਨੂੰ, ਮੈਂ ਕਿਹਾ ਲੈ ਲਾ ਕੋਈ ਵਧੀਆ, 2,500 ਸਾਂਝੀ ਲੈ ਲਓ ਵਧੀਆ। ਉਹ ਕਾਹਨੂੰ ਕੰਮ ਚੱਲ ਪੈਣਾ, ਚੱਲੀ ਜਾਂਦਾ, ਚੱਲੀ ਤਾਂ ਜਾਣਾ, ਪਰ ਬੰਦੇ ਤਾਂ ਆਪਣੇ ਪਾਸ ਪੱਕੇ ਆ, ਬੰਦੇ ਤਾਂ ਮੈਨੂੰ ਕਹਿ ਰਹੇ ਆ ਵੀ ਮਸ਼ੀਨ ਲੈ ਆ। ਮਖਾਂ ਨਹੀਂ ਯਾਰ, ਐਤਕੀ ਨਹੀਂ ਕਰਨਾ ਕੰਮ, ਕਰ ਲਾ ਮੈਂ ਕਹਿੰਦਾ, ਦੇਖ ਲਾ ਝੂਟਾ, ਗਾਹਾਂ ਨੂੰ ਦੇਖ ਲਾਂਗੇ, ਆਪਣੀ ਉਹ ਲਿਆਉਂਗੇ ਫਿਰ। ਪਰ ਲਿਆਈ ਵਧੀਆ, ਪਹਿਲਾਂ ਨਹੀਂ ਵਰਗੀ ਨਾ ਲਿਆਈ, ਜਿਹੜਾ ਪਹਿਲਾਂ ਪਹਿਲਾਂ ਦਾ ਕੁਆੜ ਦਾ ਭੈਣ ਘੜੇ ਚੱਲੀ ਗਿਆ, ਸਾਰੇ ਲੋਕਡਾਊਨ 'ਚ ਘਰ ਚੱਲੀ ਗਿਆ ਉਹਦੇ, ਅੱਧੇ ਸੀਜ਼ਨ ਤਾਂ ਖੜੀ ਰਹੀ ਉਹ। ਮਿਲ ਜਾਂਦੀਆਂ ਮਸ਼ੀਨਾਂ, ਜੇ ਕਿਰਾਏ ਕਰੂ ਟਰਾਲੀਆਂ ਚਾਹੀਦੀਆਂ, ਟਰਾਲੀਆਂ ਹੈਗੀਆਂ ਆਪਣੇ ਨੇੜੇ ਹੀ ਆ, ਟਰਾਲੀਆਂ ਤਾਂ ਚੱਲ ਮਿਲੀ ਜਾਂਦੀਆਂ ਕਿਰਾਏ, ਮਸ਼ੀਨਾਂ ਵੀ ਹੈਗੀਆਂ ਕਿਰਾਏ ਪਰ ਚੱਲਣੀਆਂ, ਮਸ਼ੀਨਾਂ ਵੀ ਮਿਲ ਜਾਂਦੀਆਂ ਵਧੀਆ, ਜਾਣੀ ਕਿ ਠੀਕ ਆ। ਮਾੜਾ ਮੋਟਾ ਯਾਰ ਬੰਦਾ ਕੰਮ ਲੱਗਿਆ ਰਹਿੰਦਾ, ਆਹੀ ਚਲਾਈ ਦੀ ਸਮਝ ਲਾ, ਨਹੀਂ ਬਚੂਗਾ ਕੁਛ ਯਾਰ। ਆਹੀ ਚਲਾਈ ਵੀ ਕਿਆ ਹੈਗਾ ਹੁਣ, ਐਦਾ ਯਾਰ ਮੈਂ 15-20 ਟਰਾਲੀਆਂ ਆਪਣੀਆਂ ਬਣਾਈਆਂ ਤੀਆਂ, ਉਹ ਫ੍ਰੀ ਹੋਈ ਬਣ ਗਈ। ਚੱਲ ਆਪਣਾ ਤਾਂ ਫ੍ਰੀ ਹੁੰਦਾ ਹੀ ਆ, ਹੁਣ ਤਾਂ ਆਪਣੇ ਵੀ ਤਾਂ ਤੂੜੀ ਵਾਲੇ ਨੂੰ ਪੈਸੇ ਦਊਗਾ, ਫ੍ਰੀ ਬਣ ਗਿਆ, ਉਨਾ ਹੀ ਖਰਚਾ ਚੱਲਦਾ। 25-30 ਹਜ਼ਾਰ ਵੀ ਆਪਣੀਆਂ ਆਪਣਾ ਹੀ ਬਣ ਜਾਣਾ ਤਾਂ। ਬਿਲਕੁਲ, ਉਹ ਤੇਰੀ ਬੱਚਤ ਆ, ਉਹ ਬੱਚਤ ਆ, ਹੁਣ ਐਤਕੀ ਕਾਲੇ ਨੂੰ ਦੇਣੇ ਪੈਣੇ, ਕਾਲੇ ਦੇਣੇ ਵਾਲੇ, ਗੱਲ ਪੱਕੀ ਆ, ਕਾਲੇ ਦੀ ਚਾਂਦੀ ਹੋ ਜਾਣੀ ਐਤਕੀ, ਐਤਕੀ ਕਾਲੇ ਦੀ ਚਾਂਦੀ ਕੀ, ਜਿਹੜੇ ਆਪਣੇ ਗਾਹਕ ਤੇ ਸਾਰੇ ਕਾਲੇ ਕੋਲ, ਕਾਲੇ ਕੋਲ, ਕਾਲੇ ਕਾਲੇ ਕੋਲ ਸ਼ਿਫਟ ਕਰਤੇ ਆਪਾਂ ਦੇ। ਪਿਛਲੇ ਸਾਲ ਕਿੰਨੇ ਬਣਾਈ ਟਰਾਲੀ ਦਾ? ਮੈਂ ਬਣਾਈਆਂ 270 ਟਰਾਲੀ, ਬਾਕੀ ਆਪਣੀਆਂ ਉੱਪਰ ਜਿਹੜੀ 290-290 ਦੇ ਕਰੀਬ, 92-93 ਬਣ ਗਏ, ਨਹੀਂ ਕਿਸੇ ਨੇ ਲਾਇਆ ਨਹੀਂ ਅਸੀਂ, ਜਿੰਨਾ ਵਧੀਆ ਲੱਗਿਆ। ਆਪਣੇ ਪਾ ਬੰਦੇ ਹੈਗੇ ਤੇ ਯਾਰ, ਖੜਦੇ ਤੇ ਆਪਣੇ ਕਿਸੇ ਦੇ, ਆ ਤਾਂ ਹੈਗਾ ਫਿਰ, ਜੇ ਤੂੰ ਖੜਦਾ ਯਾਰ ਲੋਕਾਂ ਨਾਲ, ਫਿਰ ਬਾਈ ਖੜਨਾ ਹੀ ਪੈਂਦਾ ਕਿ ਨਹੀਂ? ਕੀ ਜੇ ਆਪਾਂ ਕਹਿ ਦਿੰਦੇ ਵੀ 10 ਦਿਨ ਜੋ 2-4 ਦਿਨ ਜੋ ਖੜ ਜਾਂਦਾ ਸਾਰਾ ਗੱਲ, ਹੁਣ ਵੇਖਣਾ ਬਾਈ ਤੂੰ ਇੱਕ ਬੋਲ ਪਰ ਆਉਂਦਾ, ਠੀਕ ਆ, ਹੁਣ ਸਾਨੂੰ ਵੀ ਤਾਂ ਨਾਲ ਖੜਨਾ ਹੀ ਪੈਣਾ ਤੇਰੇ, ਠੀਕ ਨਹੀਂ? ਯਾਨੀ ਆਪਣੇ ਨਾਲ ਬੰਦੇ ਬਥੇਰੇ ਤੇ, ਗਾਹਕ ਆਪਣੇ ਪੱਕੇ ਹੀ ਤੇ, ਇਹ ਤਾਂ ਹੈ, ਦੋ ਸੀਜ਼ਨ ਨਾਲੇ। ਤਾਂ ਹੀ ਨਾ ਬੰਦੇ ਨੂੰ ਕਹਿੰਦਾ ਤੇਰੇ ਕਸਟਮਰ ਪੱਕੇ ਹੈਗੇ ਭਾਈ, ਲੈਣਾ ਮਸ਼ੀਨ ਤੇਰਾ ਲੱਗ, ਮੈਂ ਤਾਂ ਹੀ ਉਹਨਾਂ ਨੂੰ ਕਹਾਂ ਵੀ ਐਤਕੀ ਕਾਲੇ 'ਚ ਬੜਾਓ, ਗਾਹਾਂ ਨੂੰ ਲਿਆਵਾਂਗੇ, ਠੀਕ ਨਹੀਂ? ਇਹ ਤਾਂ ਹੈ, ਚੱਲ ਦੇਖੋ ਕਾਲਾ ਵੀ ਕਿੰਨਾ ਕੁ ਲਾਉਂਦਾ ਸੀਜ਼ਨ, ਕਾਲਾ ਵੀ ਉਹ 'ਚ ਹੀ ਫਰੀ ਜਾਂਦਾ। ਠੀਕ ਆ, ਠੀਕ ਆ। ਉਹ ਵੀ ਹਰਸ਼ਵੀਰ ਕੋਲ ਆਏ ਆ, ਹਰਸ਼ਵੀਰ ਕਰਦਾ ਸਪਰੇ। ਹਾਂ ਬਈ, ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਕਰਿਆ ਸਪਰੇ? ਸਪਰੇ ਲੱਗੇ ਹੋਏ ਜੀ ਕਰਨਾ, ਬਾਕੀ ਕਾਹਦੀ ਸਪਰੇ ਕਰਦਾ? ਕਣਸੂਏ ਦੀ ਕਰਦਾ ਬਾਈ, ਕਲੋਰੋ। ਹਾਂ, ਪਾਣੀ 'ਚ ਹੈ। ਹਾਂ, ਗੰਨਾ ਤਾਂ ਵਧੀਆ ਜੰਮਿਆ ਪਿਆ, ਗੰਨਾ ਤਾਂ ਬਹੁਤ ਵਧੀਆ ਜੰਮਿਆ ਸਿਆੜੇ। ਹਾਂ, ਬਾਕੀ ਇਹਦੇ 'ਚ ਸਪਰੇ ਕਰਨੀ 2 ਦਿਨ ਤੱਕ, ਦੇਖਦੇ ਆ ਫਿਰ, ਕੱਖ ਦੀ ਕੱਖ ਥੋੜ੍ਹਾ ਜ਼ਿਆਦਾ ਹੋ ਗਿਆ, ਢੀਲਾ ਹੋ ਰਿਹਾ ਹੈ ਨਾ, ਹੋਰ ਤਾਂ ਕੋਈ ਕੱਖ ਨਹੀਂ ਹੈਗਾ, ਢੀਲਾ ਹੀ ਆ ਜ਼ਿਆਦਾ। ਆਈ ਆ ਨਵੀਂ ਦਵਾਈ, ਦੇਖਦੇ ਆ ਕਿਆ ਬਣਦਾ। ਅੱਛਾ, ਰਿਜ਼ਲਟ 'ਚ ਵਧੀਆ ਉਹਦਾ ਢੀਲੇ ਪਰ? ਉਹ ਤਾਂ ਹੁਣ ਵਰਤੇ ਤਾਂ ਪਤਾ ਲੱਗਣਾ ਨਾ, ਫਿਰ ਤਾਂ ਹੀ ਕਹਿੰਦਾ ਨਵੀਂ ਦਵਾਈ ਆਈ ਆ। ਅਤੇ ਪਹਿਲਾਂ ਦੇਖੋਗੇ ਥੋੜ੍ਹਾ ਜਿਹਾ ਇਹਦੇ ਪਰ ਕਰਕੇ, ਅੱਛਾ ਆ ਬਿੱਗੇ ਪਰ ਕਰਕੇ ਦੇਖਾਂਗੇ। ਈਜ਼ੀ ਹਾਲੇ ਤਾਂ ਜੰਮ ਲੱਗੇ ਰਹਿੰਦਾ ਹੈ ਨਾ, ਪਹਿਲਾਂ ਵੀ ਵਧੀਆ ਜੰਮ ਤਾਂ।
ਹੁਣ ਵੀ ਪਹਿਲਾਂ ਜੰਮ ਤਾਂ ਫਿਰ ਹੁਣ ਜਗ ਗਿਆ ਹੁਣ ਤਾਂ ਜੰਮ ਵਧੀਆ ਹੋ ਗਿਆ ਜ਼ਿਆਦਾ ਗੰਨਾ ਨਹੀਂ ਹੁਣ ਵੀ ਬਥੇਰਾ ਫੁੱਟਿਆ ਵਾ ਇਹਦੇ ਨਾਲ ਤੋਂ ਜ਼ਿਆਦਾ ਫੁੱਟਿਆ ਵਾ ਕਿਉਂਕਿ ਗੰਨੇ ਜ਼ਿਆਦਾ ਤੇ ਪਹਿਲਾਂ ਹੀ ਫੁੱਟੇ ਹੋਏ ਹੁਣ ਫੁੱਟਣਾ ਹੀ ਆ ਗੰਨੇ ਉਨਾ ਹੀ ਫਟਾਰ ਜ਼ਿਆਦਾ ਕਰਨਾ ਜੀ ਚੱਲ ਆ ਜਾ ਫਿਰ ਸਪਰੇਅ ਕਰਕੇ ਹਾਂ ਆਇਆ ਮੈਂ ਕਰ ਦਵਾਂ ਮੜੀ ਸਪਰੇਅ ਦੇ ਪਰ ਠੀਕ ਹੈ ਕਾਪੀ ਪਰ ਦਿਖਾ ਤਾ ਦੇ ਵੀ ਕਿੱਥੇ ਤੱਕ ਪਹੁੰਚ ਗਿਆ ਕੰਮ ਵਲੋਗਾਂ ਦਾ ਹੈ ਗਲਾਸ ਦੇ ਦੇ ਯਾਰ ਤੈਨੂੰ ਬਿੰਦਰ ਤੈਂ ਠੰਡਾ ਬਾਈ ਨਾ ਬਸ ਹਾਂ ਪੀਲਾ ਗਲਾਸ ਤੈਨੂੰ ਗਰਮੀ 'ਚ ਬੈਠਾ ਪੀਲਾ ਕੱਢ ਲਾ ਗਲਾਸ ਬਸ ਖਾਤੇ ਆ ਦੇਖ ਵਲੋਗਰਾਂ ਦੇ ਖਾਤੇ ਦਿਖਾ ਦੇ ਖਾਣਾ ਪੀਣਾ ਹੋਰ ਬਿੰਦਰ ਬਾਈ ਉਹ ਪੈਸੇ ਵੀ ਆਈ ਜਾਂਦੇ ਦੁਕਾਨਦਾਰੀ ਸਾਬਤਾ ਹੋਵੇ ਵਿਗਾੜਦਾ ਜੇ ਵਿਗਾੜਦਾ ਉਹੀ ਆ ਨਾ ਜਦ ਬੰਦੇ ਦਾ ਸਾਬ ਗਲਤ ਹੋ ਜਾਂਦਾ ਫਿਰ ਦੁਕਾਨਦਾਰੀ ਦਾ ਕੰਮ ਖਰਾਬ ਹੋ ਜਾਂਦਾ ਆਹੋ ਉਹ ਵੀ ਠੀਕ ਆ ਚੱਲ ਉਹ ਤਾਂ ਚੱਲਦਾ ਚੱਲ ਆਪਣਾ ਪੈਸੇ ਤੇ ਬਾਈ ਕਿਤੇ ਅਕਾਊਂਟ ਚ ਆਉਂਦੇ ਆ ਕੋਈ ਕੈਸ਼ ਕੋਈ ਕੈਸ਼ ਕੋਈ ਨਾ ਕੈ ਉਹਦੇ ਅਕਾਊਂਟ ਚ ਆਉਂਦੀ ਹੈ ਹੁਣ ਆਪਾਂ ਸ਼ੁਰੂ ਕਰਨਾ ਹੁਣ ਸ਼ੂਟ ਸ਼ੁਰੂ ਕਰਨਾ ਤਿੰਦਾ ਮਹਾਲ ਦਾ ਸ਼ੂਟ ਇੱਧਰ ਹੋਊਗਾ ਚੱਲ ਠੀਕ ਹੈ ਚੱਲੀਏ ਫਿਰ ਚਲੋ ਦੋ ਵੀ ਚਾਚੇ ਵਾਸਤੇ ਲੈ ਕੇ ਚੱਲੇ ਫਰੈਸ਼ਮੈਂਟ ਚਾਚਾ ਗਰਮੀ 'ਚ ਕੱਖ ਵੜਦਾ ਉਹ ਚਾਚੇ ਮੂੰਹ ਤਾਂ ਨਹੀਂ ਸੁੱਕਦਾ ਉਹ ਮੂੰਹ ਤਾਂ ਨਹੀਂ ਸੁੱਕਦਾ ਤਾਂ ਹੀ ਤੇਰੇ ਵਾਸਤੇ ਠੰਡਾ ਲੈ ਕੇ ਆਏ ਤੇ ਸੌ ਆਕ ਮਾਰਨੀ ਪੈਂਦੀ ਦੱਸ ਹੁਣ ਤਾਂ ਇਹਨੂੰ ਚੱਲ ਪਾਲ ਦੂ ਵੀ ਕਰਾਈਏ ਠੰਡਾ ਬੜਾ ਆ ਪਾਲ ਹੋ ਜਾ ਠੰਡਾ ਹੋਏ ਘੱਟ ਘੱਟ ਹੋ ਜਾਂਦਾ ਪਹਿਲਾਂ ਠੰਡਾ ਪੀ ਲਾ ਠੰਡਾ ਪੀ ਲਾ ਪਹਿਲਾਂ ਐਵੇਂ ਦੇ ਦੂੰਗਾ ਆਪਣੇ ਵਾਲੇ ਨੂੰ ਅੱਖਾਂ ਖੁੱਲਦੀਆਂ ਖੁੱਲ ਗਈਆਂ ਅੱਖਾਂ ਗਰਮੀ ਤਾਂ ਬਸ ਕਰਾਈ ਪਈ ਹੈ ਗਰਮੀ ਤਾਂ ਕਹਿੰਦੇ ਦੇਣਾ ਕਿਆ ਹੈ ਇੰਨਾ ਇੰਨੀ ਗਰਮੀ ਅੱਗੇ ਵਿਸਾਖੀ ਵਿਸਾਖ 'ਚ ਆ ਕੇ ਹੁੰਦੀ ਜਿੰਨੀ ਹੁਣ ਹੋ ਗਈ ਗਰਮੈਸ਼ ਜੀ ਹੋਈ ਹੈ ਨਾਲੇ ਕਈਆਂ ਦੇ ਵੀ ਲੜਾਈ ਲੱਗੀ ਵੀ ਤਾਂ ਹੋਈ ਹੈ ਯਾਰ ਕੂੜੇ ਕਰਕੇ ਹੋਈ ਵੀ ਬਾਈ ਇਹ ਦੂਦ ਚੜਿਆ ਬਗ ਦੂਦੇ ਕਰਕੇ ਹੋਈ ਵੀ ਇੰਨੀ ਇੰਪੈਕਟ ਤਾਂ ਪੈਂਦਾ ਥੋੜਾ ਬਹੁਤਾ ਫਰਕ ਪੈਂਦਾ ਉਹਦਾ ਹਾਸ ਵੀ ਮੰਨਦਾ ਨਹੀਂ ਲੈ ਕੇ ਨਾ ਉਰੇ ਅੱਗੇ ਗਰਮੀ ਨਹੀਂ ਨਹੀਂ ਇੰਪੈਕਟ ਤਾਂ ਸਾਰੇ ਪਾਸੇ ਪੈਣਾ ਪੂਰੀ ਦੁਨੀਆ ਪੈਣਾ ਇੰਪੈਕਟ ਤਾਂ ਹੋਰ ਰੇਡੀਏਸ਼ਨ ਫੈਲਦੀ ਹੈ ਸਾਰੇ ਪਾਸੇ ਫੈਲਦੀ ਹੈ ਅੱਗੇ ਫੈਲਦੀ ਹੈ ਉੱਥੇ ਲੈ ਵੀ ਤੂੰ ਨਹੀਂ ਬੋਲਦਾ ਭਈਏ ਲੈ ਆਂਦੇ ਗੁੱਡਣ ਚੱਕਦੇ ਫੁੱਟੇ ਹਾਂ ਲਾਤੇ ਭਈਏ ਤਾਂ ਗੁੱਡ ਦੂੰਗੇ ਬਾਜੀ ਵਧੀਆ ਹਿੰਦੀ ਬਾਤ ਕਰੋ ਜੀ ਹਿੰਦੀ ਵਲੌਗਰ ਹੈ ਭਾਈ ਹਿੰਦੀ ਵਲੌਗਰ ਹੈ ਹਿੰਦੀ ਵਲੌਗਰ ਵਾਲਾ ਚੱਲਦਾ ਮੈਂ ਤਾਂ ਹੋਰ ਮੈਂ ਤਾਂ ਆਇਆ ਫੋਨ ਕਹਿੰਦਾ ਭਈਏ ਮੰਗਦੇ ਇੰਨੇ ਪੈਸੇ ਮੰਗਾ ਹਿਸਾਬ ਤਾਂ ਲਾ ਕੇ ਦੇਖ ਲਾ 10,000 ਨੂੰ ਕਿੱਲਾ ਬਣਦਾ ਮਹਾਂ ਕਾਹਦਾ ਕਟਾਈ ਦਾ ਗੰਨੇ ਦੀ ਕਟਾਈ ਕਰਾਉਣੀ ਉਹਨੇ ਯਾਰ ਉਹਦੀ ਜਿਹੜੀਆਂ ਭਿੰਡੀਆਂ ਦੀਆਂ ਹਾਂ ਹਾਂ ਮਹਾਂ ਜਾ ਭਈਏ ਵਿਹਲਿਆ ਭਈਆਂ ਤੇ ਕਰਵਾ ਦਿਓ ਆਪਣਾ ਟਾਈਮ ਨਹੀਂ ਹੈਗਾ ਇੱਧਰ ਸਪਰੇਅ ਕਰਦੇ ਗੰਨੇ ਗੁੰਨੇ ਨੂੰ ਕਰਦੇ ਆ ਮੱਕੀ ਨੂੰ ਪਾਣੀ ਲਾਉਂਦੇ ਆ ਭਈਏ ਨੂੰ ਕਿਹਾ ਖੁਰਖੁਰ ਨੂੰ ਮਹਾਂ ਕਿੰਨੇ ਪੈਸੇ ਬਣਦੇ ਬਣਾ ਕੇ ਤਾਂ ਦੇਖ ਲੈ ਮੰਗਾ ਰੇਟ ਹੈ ਕਿੱਲੇ ਦਾ 10,000 ਅੱਧੇ ਬਿੱਗੇ ਦਾ ਹੁਣ ਤੂੰ ਹਿਸਾਬ ਲਾ ਲਾ ਤੂੰ ਜਦ 1,000 ਮੰਗਦੇ ਆ ਅੱਧੇ ਬਿੱਗੇ ਦਾ 2,000 ਹੋ ਗਿਆ ਤੇ 10,000 ਹੋ ਗਿਆ ਮਹਾਂ ਹੋਰ ਮੈਨੂੰ ਕਹਾਂ ਹਿਸਾਬ ਲਾ ਕੇ ਤਾਂ ਦੇਖ ਲਓ ਪਹਿਲਾਂ ਕਿੱਥੇ ਜਾਂਦਾ ਕੰਮ ਇਹ ਕਹਿੰਦਾ ਰਾਸ਼ਨ ਨਹੀਂ ਦੇਣਾ ਰੋਟੀ ਨਹੀਂ ਦੇਣੀ ਮੈਂ ਤਾਂ ਐਂ ਕਰ ਦੋ ਬਈ ਕਹਿੰਦੇ ਦੋ ਬਈ ਇਸ ਵੇਲੇ ਦਿਹਾੜੀ ਪਰ ਆ ਜਾਇਓ ਰੋਟੀ ਵੀ ਦਊਂਗੇ ਅਸੀਂ ਰਾਸ਼ਨ ਵੀ ਦਊਂਗੇ
ठीक नहीं गल ना करता मैं साहब जी बिठा के दिहाड़ी दो बंदे दिहाड़ी का काम है 700 रुपए दिहाड़ी का बन गया 100 पाउंड रासन पानी का हो गया 800 रुपए च करते चल ठीक है। अच्छा प्रदीप नु बहुत पानी भर के लाया वा हले तक किला वो पता क्या चक्कर हो गया टीपे ने कहते अभी पानी तार लेना ऐसे लगे तो टेंट है मैं उही हिसाब ना भरता फुल मैं भर के तार गया उधर पानी जाड़ूगा इन्हों ने तारे नहीं खड़ा मेरा पिता बढ़न 7 दिन बाद बढ़न होने लगे है पैर गाड़ते ही बढ़ते रहे है अद्धा कहता राजे का बाल बढ़ के पाता मथड़ का मैं भाई तू साढ़े बढ़ ली अपने बढ़ता होर है क्या हो गया पूरा होर बढ़ा सिर पर लेके जाने कि दूर आता है दो पंडा छिड़के चल कर लिये पहला वह पुछ ली कि बच के आँगी वह देख ला फिर उसके हिसाब न ले आई चल आहो आ जाना उन्हें फिर देख लेंगे है जे घट गई फिर नहीं सवेरे कर लियो होर जो पई हुई फिर तो पंप लो ला के जोड़ के जो दूर से पानी भरना इतने मास लाई मोटर पर पानी भर ली होर क्या दो पंप लाने ला के हो जाना मास ने फिटी दे लापे करती वधिया भाई मास जानता सारे काम मतलब गलती करी बुला के एसी लाने बंदे कंपनियां लग गए थे जिहड़ी सप्लाई देनी थी लादा ने क्या टेपेचर लादा हां वो कहंदा मैं ओदा फ्री वाला था इहदे एसी लगे फ्री लाना था उन्हें कंपनी वाले आए थे मासर ने लाया कंपनी है गर्मी च आराम होना पैना 300 यूनिट भगवान मान ने माफ करती माफ करे ना करे नहीं तो बोल लेनी है पूरी अपनी फर्क तो पड़ेगा फर्क तो चलो है ही जिन्नी माफ करी उड़ी का पर एसी लवा लड़े उन्होंने खिचले कर दी ठीक है मां कब दा पर उती आ जाना चल जानी पैना सोना वधिया हो जी आओ जट भी करे ਚੰਗੀ ਚੈਨ ਦੀ ਨੀਂਦ ਸੌ ਜੂਗੇ ਵਿਚਾਰੇ ਜਿਹੜਾ 2 ਘੰਟੇ ਉਹੀ 8 ਘੰਟੇ ਸੋਣਾ ਹੁੰਦਾ ਜੇ ਉਹੀ ਯਾਰ ਸੌ ਕਿੱਥੇ ਹੋਣਾ ਗਰਮੀਆਂ ਚ ਏਸੀ ਦੇ ਕੰਮ ਆਉਂਦਾ ਸਾਰੀ ਰਾਤ ਆਪਾਂ ਮੋਟਰ ਆਪ ਕਰ ਦੋ ਤੇ ਬੱਚਾ ਲੈਟ ਆ ਗਈ ਭੱਜ ਗਈ ਜਾਨੂੰ ਏਸੀ ਬਣਦਾ ਯਾਰ ਫੇਰ ਬੰਦ ਹੋ ਜਾਂਦਾ ਕਿ ਆਪ ਆਪਣੇ ਬਾਤ ਤੇਰੀ ਹੈਗਾ ਜੀ ਚਾਹ ਨਿਆਣੇ ਨਿੱਕੇ ਸੌਂ ਆ ਨਿਆਣੇ ਨਿੱਕੇ ਸੌਂ ਜਾਂਦੇ ਆ ਘਰ ਦੇ ਸੁਖ ਰਹਿੰਦੇ ਚੱਲ ਜਿਹੜੀ ਆਪਣੇ ਵਾਸਤੇ ਤਾਂ ਗੁਜ਼ਰੀ ਉਧਰ 11 ਵਜੇ ਲੇਟ ਆ ਗਈ ਤਾਂ ਭੱਜਣਾ ਪੈਣਾ 1 ਵਜੇ ਭੱਜ ਗਈ ਫੇਰ 2 ਵਜੇ ਆ ਗਈ ਫਿਰ ਰਾਤ ਤੇ ਮੋਟਰਸਾਈਕਲ ਕੋਈ ਲੇਟ ਇੱਧਰ ਨਹੀਂ ਜਾਂਦੀ ਬਾਕੀ ਉੱਧਰ ਨਹੀਂ ਜਾਂਦੀ ਆ ਸਾਰੀ ਰਾਤ ਘੁੰਮੀ ਜਾਂਦੇ ਆ ਨਾ ਕੰਮ ਠੰਡਾ ਹੋਣਾ ਇਹਨੂੰ ਠੰਡਾ ਹੋਣਾ ਇਹਨੂੰ ਲੇਟ ਆ ਜੇ ਕਰਨੀ ਸਾਨੂੰ ਬੰਦਾ ਫੇਰ ਹੀ ਲੈਂਦਾ ਯਾਰ ਇਹਨੂੰ ਲੇਟ ਆ ਜਦੀ ਮੋਟਰ ਉੱਪਰ ਫੋਨ ਆ ਜਾਂਦਾ ਆ ਜਾ ਭਾਈ ਲੇਟ ਆ ਗਈ ਮੈਂ ਹੁਣ 3 ਵਾਰੀ ਨਹੀਂ ਆਉਂਦਾ ਦਿਹਾੜੀ ਇੰਨੀ ਸਰੀਰ ਗਰਮੀ ਹੋਰ ਗਰਮੀ ਗਰਮੀ ਆਉਣ ਤਾਂ ਨਾ ਇਹ ਵਾਰ ਤਾਂ ਕਹਿੰਦੇ ਭਾਈ ਸਰਕਾਰ ਛੱਡੂਗੀ 12 ਘੰਟੇ ਦੇਖੋ ਬਾਕੀ ਹੈ
ਇਹ ਵਾਰ ਤਾਂ ਕਹਿੰਦੇ 12 ਘੰਟੇ ਬਿਜਲੀ ਆਊਗੀ ਮੋਟਰਾਂ ਦੀ ਚੱਕੜਾ ਚੱਲੀ ਜਾਣੀ ਫਿਰ ਤਾਂ ਲਾਈਟ ਤਾਂ ਹੁਣ ਵੀ ਸੋਹਣੀ ਆਉਂਦੀ ਹੁਣ ਮੈਂ ਨਾਲ ਲੱਗ ਬੂਟਿਆਂ ਕਰਕੇ ਲਾਇਆ ਤਾਂ ਮੈਂ ਤਾਂ ਮੈਂ ਫਿਰ ਮਹੀਨਾ ਲੱਗਣਾ ਵੀ ਨਹੀਂ ਪਾਣੀ ਵੀ ਲਾਉਣਾ ਉੱਧਰ ਜਾਂ ਬੂਟਿਆਂ ਕਰਕੇ ਮੈਨੂੰ ਵੀ ਲਾਉਣਾ ਪੈਣਾ ਮੈਂ ਲਾਇਆ ਜਿੱਤੇ ਵਾਲੀ ਤਾਂ ਭੜਕੇ ਜਾਣੀ ਮੈਂ ਉਹਨੂੰ ਲਾਉਣਾ ਪਾਣੀ ਹੁਣ ਤੇ ਹੁਣ ਲਾ ਦਿੰਦਾ ਛੱਡਦੇ ਆ ਹੁਣ ਦੇਖਦਾ ਇਹ ਹੁਣ ਕੱਲ ਕੁੱਲੀ ਇੱਧਰ ਨਿਬੜ ਲਵੇ ਹੁਣ ਮੈਂ ਹਫ਼ਤਾ ਪਹਿਲਾਂ ਪਾਣੀ ਲਾਇਆ ਤਾ ਹੁਣ ਫੇਰ ਚਲਾ ਤੇ ਠੀਕ ਹੈ ਇੱਕ ਪਾਣੀ ਲੱਗਿਆ ਸਰ ਜਾਣਾ ਹੁਣ ਤਾਂ ਫਿਰ ਬੂਟਾ ਫਿਰ ਐਂ ਚੱਕਰ ਪਤਾ ਤੇਰੇ ਬੂਟੇ ਸੌਂਦੇ ਆ ਸਾੜੇ ਆ ਦੂਏ ਤੀਏ ਸਾਲ ਚ ਇਹਦਾ ਜੜ ਬਣਾਈ ਬੈਠੇ ਇਹਦਾ ਜੜ ਬਣਾਈ ਬੈਠੇ ਆ ਹੁਣ ਤੇਰੇ ਤਾਂ ਹੁਣ ਸੌਂਦੇ ਆ ਇਹਨਾਂ ਦਾ ਪਾਣੀ ਦੀ ਗੌਰ ਰੱਖਣੀ ਪੈਣੀ ਆ ਹੁਣ ਮਹੀਨਾ ਲੰਘ ਜਾਣਾ ਹਾਂ ਕੀ ਕਮੂ ਹੈ ਡਾਕਰ ਅਗਲੇ ਛੱਡਣੀ ਨਹੀਂ ਉਹਨੇ ਹਾਂ ਹੁਣ ਤੇਰਾ ਮਹੀਨਾ ਲੱਗ ਗਿਆ ਤੇ ਇੰਨੇ ਨੂੰ ਤਾਂ ਭਰੀਆਂ ਭਰੀਆਂ ਬਾਹਰ ਕੱਢ ਕੇ ਚੱਲ ਪਾਸੇ ਫੇਰ ਪਾਣੀ ਦਾ ਭਰ ਦੇ